ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। 50 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਹੋ ਰਹੇ ਨੇ ਤੇ ਦੂਸਰੇ ਪਾਸੇ ਅਜੇ ਵੀ ਖੁੱਲੀਆਂ ਨੇ ਉੱਥੇ ਹੀ ਮੀਟ ਦੀਆਂ ਦੁਕਾਨਾਂ। ਇਸ ਤੋਂ ਪਹਿਲਾਂ ਨਾ ਮੇਰੀ ਸ਼ਹਿਰ ਦੇ ਵਿੱਚ ਇੱਕ ਸ਼ੋਪ ਆ, ਉਹਦੇ ਵਿੱਚ ਮੈਂ ਘੱਟੋ ਘੱਟ 3.5 ਤੋਂ 4 ਲੱਖ ਦੇ ਕਰੀਬ ਖਰਚਾ ਕਰਕੇ ਉਹ ਬਣਵਾਈ। ਉਹਦੇ ਵਿੱਚ ਇੱਦਾਂ ਕਿ ਜਦੋਂ ਹੁਣ ਸਮਾਗਮ ਉੱਥੇ ਸ਼ੁਰੂ ਹੋਏ, ਮੈਂ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਸ਼ਰਧਾ ਦੇ ਨਾਲ ਭਾਜੀ ਸ਼ਰਧਾ ਭਾਵਨਾ ਦੇ ਨਾਲ ਉਹਨੂੰ 1 ਮਹੀਨਾ ਪਹਿਲਾਂ ਹੀ ਬੰਦ ਕਰ। ਗੁਰੂ ਨਗਰੀ ਜਿਹੜੀ ਸੁਲਤਾਨਪੁਰ ਹੈ, ਇਹਦੇ ਹਦੂਦ ਦੇ ਅੰਦਰ ਕੋਈ ਵੀ ਮੀਟ ਟੈਂਟ ਆਪਣਾ ਜਿਹੜਾ ਸ਼ਰਾਬ ਦੀ ਦੁਕਾਨ ਸਖਤ ਮਨਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪ੍ਰਸ਼ਾਸਨ ਕਿੰਨਾ ਕੀ ਗੰਭੀਰ ਹੈ, ਇਸ ਦਾ ਅੰਦਾਜ਼ਾ ਅਸੀਂ ਇਸੇ ਗੱਲ ਤੋਂ ਲਗਾ ਸਕਦੇ ਹਾਂ ਕਿ ਕਪੂਰਥਲਾ ਰੋਡ ਦੇ ਉੱਤੇ ਬਣੀ ਹੋਈ ਟੈਂਟ ਸਿਟੀ ਵਿਖੇ ਅੱਜ ਵੀ ਮੀਟ ਦੀਆਂ ਦੁਕਾਨਾਂ ਬਾਦਸਤੂਰ ਜਾਰੀ ਨੇ। ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਇਹ ਲਾਪਰਵਾਹੀ ਦਰਸ਼ਨਾਂ ਵਾਸਤੇ ਪਹੁੰਚ ਰਹੇ ਸ਼ਰਧਾਲੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਲਗਾ ਰਹੀ ਹੈ। ਇਸ ਟੈਂਟ ਸਿਟੀ ਵਿੱਚ ਮੀਟ ਦੀ ਦੁਕਾਨ ਚਲਾ ਰਹੇ ਦੁਕਾਨ ਦੇ ਮਾਲਕ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਹ ਸ਼ਹਿਰ ਦੇ ਵਿੱਚੋਂ ਆਪਣੀ ਦੁਕਾਨ ਕੱਢ ਕੇ ਬਾਹਰ ਲੈ ਕੇ ਆਇਆ ਹੈ, ਜੋ ਕਿ ਸ਼ਹਿਰ ਤੋਂ ਬਹੁਤ ਦੂਰ ਹੈ, ਪਰ ਇੱਥੇ ਟੈਂਟ ਸਿਟੀ ਬਣਾ ਦਿੱਤੀ ਗਈ ਹੈ ਤੇ ਫਿਲਹਾਲ ਉਹ ਦੁਕਾਨ ਬੰਦ ਨਹੀਂ ਕਰ ਸਕਦਾ, ਕਿਉਂਕਿ ਜੇਕਰ ਉਹ ਦੁਕਾਨ ਬੰਦ ਕਰਦਾ ਹੈ ਤਾਂ ਉਸ ਦੇ ਘਰਦਿਆਂ ਦਾ ਢਿੱਡ ਕਿੱਦਾਂ ਭਰਿਆ ਜਾਵੇਗਾ। ਭਾਜੀ, ਇਹ ਮੀਟ ਸ਼ੋਪ ਇਹ ਮੈਂ ਤਾਂ ਹੁਣ ਇੱਥੇ ਬਣਵਾਈ, ਪਹਿਲਾਂ ਇਸ ਤੋਂ ਪਹਿਲਾਂ ਨਾ ਮੇਰੀ ਸ਼ਹਿਰ ਦੇ ਵਿੱਚ ਇੱਕ ਸ਼ੋਪ ਆ, ਉਹਦੇ ਵਿੱਚ ਮੈਂ ਘੱਟੋ ਘੱਟ 3.5 ਤੋਂ 4 ਲੱਖ ਦੇ ਕਰੀਬ ਖਰਚਾ ਕਰਕੇ ਉਹ ਬਣਵਾਈ। ਉਹਦੇ ਵਿੱਚ ਇੱਦਾਂ ਕਿ ਜਦੋਂ ਹੁਣ ਸਮਾਗਮ ਉੱਥੇ ਸ਼ੁਰੂ ਹੋਏ, ਮੈਂ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਸ਼ਰਧਾ ਦੇ ਨਾਲ ਭਾਜੀ ਸ਼ਰਧਾ ਭਾਵਨਾ ਦੇ ਨਾਲ ਉਹਨੂੰ 1 ਮਹੀਨਾ ਪਹਿਲਾਂ ਹੀ ਬੰਦ ਕਰ ਦਿੱਤਾ। ਉਸ ਤੋਂ ਬਾਅਦ ਭਾਜੀ ਮੈਂ ਸ਼ਹਿਰ ਤੋਂ ਕਾਫੀ ਬਾਹਰ ਆ ਕੇ ਇਹ ਆਪਣੇ ਫਾਰਮ ਬਣਵਾਇਆ, ਜਿਸ 'ਤੇ 10 ਤੋਂ 12 ਲੱਖ ਰੁਪਏ ਦਾ ਖਰਚਾ ਆਇਆ। ਉਹਦੇ ਵਿੱਚ ਭਾਜੀ ਇਹ ਹੁਣ ਜਿੱਦਾਂ ਟੈਂਟ ਸਿਟੀ ਇੱਥੇ ਬਣ ਗਈ ਆ, ਹੁਣ ਭਾਜੀ ਮੈਨੂੰ ਪਹਿਲਾਂ ਇਹ ਨਹੀਂ ਸੀਗਾ ਪਤਾ ਕਿ ਟੈਂਟ ਸਿਟੀ ਇੱਥੇ ਬਣੂਗੀ, ਉਹਦੇ ਵਿੱਚ ਜਾਂ ਪ੍ਰਸ਼ਾਸਨ ਨੂੰ ਪਤਾ ਸੀ ਜਾਂ ਜਿਹੜੀ ਕੰਪਨੀ ਇੰਸਪੈਕਸ਼ਨ ਕਰਨ ਆਈ ਉਹਨੂੰ ਪਤਾ ਸੀ। ਇਹ ਭਾਜੀ ਜਗ੍ਹਾ ਵੀ ਮੈਂ ਰੈਂਟ 'ਤੇ ਆ, 1 ਮਹੀਨੇ ਦਾ 10,000 ਰੈਂਟ ਇਹਦਾ ਵਾ ਭਾਜੀ, ਸ਼ਹਿਰ ਦੇ ਵਿੱਚ ਜਿਹੜੀ ਸ਼ੋਪ ਆ 10,000 ਖਾਲੀ ਦਾ ਉਹਦਾ ਰੈਂਟ ਦੇਣ ਡਿਆ, ਉਹਦਾ ਬਿੱਲ ਵੱਖਰਾ ਆਉਣ ਡਿਆ, ਇੱਥੋਂ ਦਾ ਭਾਜੀ ਬਿੱਲ ਵੱਖਰਾ ਆਉਣ ਡਿਆ। ਮੈਨੂੰ ਦੱਸੋ ਮੈਂ ਕਿੱਥੇ ਜਾਵਾਂ, ਇੱਕ ਆਮ ਆਦਮੀ ਕਿੱਥੇ ਜਾਵੇ। ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਤੁਹਾਡੇ ਕੋਲ ਕਿਤੇ ਮੀਟ ਸ਼ੋਪ ਬੰਦ ਹੋਣੀ? ਨਹੀਂ ਭਾਜੀ, ਮੇਰੇ ਕੋਲ ਕੋਈ ਨਹੀਂ ਆਇਆ, ਕੋਈ ਨੋਟਿਸ ਨਹੀਂ ਦਿੱਤਾ? ਨਹੀਂ, ਕੋਈ ਨੋਟਿਸ ਨਹੀਂ ਭਾਜੀ ਆਇਆ। ਠੀਕ ਹੈ, ਹਾਂ, ਮੈਂ ਆਪਣੀ ਸ਼ਰਧਾ ਭਾਵਨਾ ਨਾਲ ਜਦੋਂ ਮੇਲਾ ਸਟਾਰਟ ਹੋਣਾ ਸੀ ਸ਼ਰਧਾਲੂਆਂ ਨੇ ਆਉਣ ਲੱਗ ਪੈਣਾ ਸੀ, ਮੈਂ ਆਪਣੇ ਆਪ ਹੀ ਬੰਦ ਕਰ ਦੇਣਾ ਸੀ। ਪਰ ਇਹ ਦੱਸੋ ਵੀ ਮੈਨੂੰ ਹੁਣ ਮੈਂ ਆਪਣਾ ਖਰਚਾ ਕਿੱਥੋਂ, ਮੇਰੇ ਸਿਰ ਇੰਨਾ ਚੜ੍ਹਨ ਡਿਆ, 5 ਲੱਖ ਰੁਪਈਆ ਭਾਜੀ ਮੈਂ ਵਿਆਜ ਦੇ ਉੱਤੇ ਲਿਆ ਪਿਆ 3% ਦੇ ਹਿਸਾਬ ਨਾਲ, 15,000 ਮਹੀਨੇ ਦਾ ਉਹ ਮੇਰੇ ਸਿਰ ਚੜ੍ਹਨ ਡਿਆ। ਮੈਨੂੰ ਦੱਸੋ ਮੈਂ ਕਿੱਥੇ ਜਾਵਾਂ, ਸਾਰਾ ਸਿਆਲ ਭਾਜੀ ਪਿਛਲਾ ਮੈਂ ਇੱਥੇ ਰਹਿ ਕੇ ਰਾਤਾਂ ਇੱਥੇ ਹਨੇਰੇ ਦੇ ਵਿੱਚ ਕੱਟ ਕੇ ਇਹਨੂੰ ਮੈਂ ਤਿਆਰ ਕੀਤਾ ਸ਼ੋਪ ਨੂੰ, ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ। ਕੀ ਚਾਹੁੰਦੇ ਕਿ ਕਿਸ ਤਰ੍ਹਾਂ ਚਾਹੁੰਦੇ ਹੁਣ ਭਾਜੀ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਕਿ ਮੇਰਾ ਥੋੜ੍ਹਾ ਬਹੁਤਾ ਕੁਛ ਹੈਲਪ ਕੀਤੀ ਜਾਵੇ। ਮੈਨੂੰ ਦੱਸੋ ਮੈਂ ਕਿੱਧਰ ਜਾਵਾਂ, ਆਪਦਾ ਟੱਬਰ ਲੈ ਕੇ ਕਿੱਥੇ ਜਾਵਾਂ। ਉੱਥੇ ਹੀ ਇਸ ਮਸਲੇ ਬਾਰੇ DC ਕਪੂਰਥਲਾ DPS ਖਰਬੰਦਾ ਵੀ ਬਾਖੂਬ ਜਾਣੂ ਨੇ, ਕਿਉਂਕਿ 2 ਅਕਤੂਬਰ ਨੂੰ ਵੀ ਡਿਪਟੀ ਕਮਿਸ਼ਨਰ ਨੇ ਇਸ ਬਾਬਤ ਬਿਆਨ ਦਿੱਤਾ ਸੀ ਕਿ ਬਹੁਤ ਜਲਦ ਇਹ ਦੁਕਾਨਾਂ ਉੱਥੋਂ ਹਟਾ ਦਿੱਤੀਆਂ ਜਾਣਗੀਆਂ, ਤੇ ਉਸੇ ਬਿਆਨ ਨੂੰ ਅੱਜ ਮੁੜ ਤੋਂ ਦੁਹਰਾਇਆ DC ਖਰਬੰਦਾ ਨੇ। ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਪਵਿੱਤਰ ਨਗਰੀ ਗੁਰੂ ਨਗਰੀ ਜਿਹੜੀ ਸੁਲਤਾਨਪੁਰ ਹੈ, ਇਹਦੇ ਹਦੂਦ ਦੇ ਅੰਦਰ ਕੋਈ ਵੀ ਮੀਟ ਟੈਂਟ ਚ ਆਪਣਾ ਜਿਹੜਾ ਸ਼ਰਾਬ ਦੀ ਦੁਕਾਨ ਸਖਤ ਮਨਾਈ ਹੈ। ਉਸ ਤੋਂ ਬਾਅਦ ਜਿਹੜੀ ਟੈਂਟ ਸਿਟੀ ਆਈਆਂ ਨੇ MC ਲਿਮਿਟ ਤੋਂ ਬਾਹਰ ਨੇ,
ਤਾਂ ਵੀ ਅਸੀਂ ਉਸਨੂੰ ਪਵਿੱਤਰ ਉਨਮੁੱਖ ਰੱਖਦੇ ਹੋਏ ਉਹ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ, ਲਿਖਤੀ ਹੁਕਮ ਹੋ ਗਏ ਨੇ। ਅਸੀਂ ਐਸ ਐਸ ਪੀ ਸਾਹਿਬ ਨੂੰ ਵੀ, ਮੈਂ ਕਹਿੰਦੇ ਐਸ ਐਸ ਪੀ ਸਾਹਿਬ ਨੂੰ ਅਸੀਂ ਕਹਿਤਾ ਉਹ ਵੀ ਬੰਦ ਹੋ ਜਾਣਗੇ, ਕੋਈ ਉਪਰਾਲਾ ਨਹੀਂ। ਔਰ ਦੂਸਰੇ ਤਰੀਕੇ ਨਾਲ ਈਵਨ ਸ਼ਰਾਬ ਦੇ ਠੇਕੇ ਵੀ ਉਹਦੇ ਤਹਿਤ ਵੀ ਸਾਨੂੰ ਆਦੇਸ਼ ਆ ਗਏ ਨੇ ਕਿ ਪਹਿਲਾਂ ਪਵਿੱਤਰਤਾ ਇੰਪੋਰਟੈਂਟ ਹੈ, ਉਸ ਤੋਂ ਬਾਅਦ ਜਿਹੜਾ ਅਸੀਂ ਬਾਕੀ ਕੰਮ ਐਂਗਲ ਸਰਕਾਰ ਦੇ ਨੇ। ਉਹ ਤੁਹਾਡਾ ਪੁਆਇੰਟ ਨੋਟ ਕਰ ਲਿਆ, ਇਹ ਵੀ ਐਂਗਲ ਲਾਗੂ ਹੋ ਜਾਏਗਾ। ਠੀਕ ਹੈ। ਗੁਰਪਿਆਰੇ, ਇਹ ਤਸਵੀਰਾਂ ਵੇਖ ਕੇ ਜੱਗ ਜ਼ਾਹਿਰ ਹੋ ਜਾਂਦਾ ਹੈ ਕਿ ਸਰਕਾਰ ਕਿੰਨੀ ਕੀ ਗੰਭੀਰ ਹੈ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ, ਸ਼ਤਾਬਦੀ ਸਮਾਰੋਹ ਨੂੰ ਲੈ ਕੇ, ਜਿੱਥੇ ਕਰੋੜਾਂ ਰੁਪਈਆ ਲਾ ਕੇ ਇਸ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਦੂਸਰੇ ਪਾਸੇ ਪਹੁੰਚ ਰਹੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਵੀ ਸਾਫ਼ ਤੌਰ ਤੇ ਆਹਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਫਿਰ ਗੱਲ ਚਾਹੇ ਟੈਂਟ ਸਿਟੀ 'ਚ ਖੁੱਲੀ ਮੀਟ ਦੀ ਦੁਕਾਨ ਦੀ ਹੋਵੇ ਜਾਂ ਸੁਲਤਾਨਪੁਰ ਲੋਧੀ ਦੇ ਮੁੱਖ ਦਰਵਾਜ਼ਿਆਂ ਤੇ ਸ਼ਰਾਬ ਦੇ ਠੇਕਿਆਂ ਦੀ, ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਮਣੀ ਵਾਸਤੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।